हां वीरो छਪਾਰ ਦੇ ਮੇਲੇ ਤੋਂ ਹੀ ਆਪਾਂ ਤੁਹਾਨੂੰ ਪੂਰੀ ਟਾਪ ਕੁਆਲਿਟੀ ਹੈ ਜਿਹੜੀ ਉਹ ਦਿਖਾਉਣੇਗੇ ਧਲੇਰ ਤੋਂ ਆਪਣੇ ਪਾਸ ਖੜੇ ਨੇ ਬੱਗਾ ਖਾਨ ਡਾਕਟਰ ਵੀਰ ਬਸ ਬੱਕਰੀਆਂ ਤੁਸੀਂ ਦੇਖਦੇ ਜਾਓ ਇੱਕ ਤੋਂ ਇੱਕ ਤੋਹਫੇ ਅਤੇ ਪੂਰੇ ਸੋਹਣੇ ਤੋਹਫੇ ਨੇ ਵਾਈ ਦੇ ਕੋਲੇ ਨੇ ਪੁੱਛਾਂਗੇ ਵੀ ਕੋਈ ਸੇਲ ਹੈਗੀ ਆ ਜਾਂ ਨਹੀਂ ਵੈਸੇ ਬਹੁਤ ਦੂਰ ਦੂਰ ਤੱਕ ਮਾਲ ਆ ਜਿਹੜਾ ਇਹਨਾਂ ਦਾ ਜਾਂਦਾ ਆਪਣੇ ਇਲਾਕੇ ਦੇ ਵਿੱਚ ਪੂਰਾ ਫੁੱਲ ਨਾਮ ਵੀ ਆ ਬੱਕਰੀਆਂ ਦਿਖਾਉਣਗੇ ਤੁਸੀਂ ਤੇ ਗੱਲਬਾਤ ਵੀ ਕਰਦੇ ਆ ਵਾਈ ਦੇ ਨਾਲ ਬੱਗੇਖਾਨ ਕੀ ਹਾਲ ਹੈ ਬਾਈ ਬਾਈ ਠੀਕ ਠਾਕ ਜੀ ਹੋ ਉਸਣਾ ਠੀਕ ਠਾਕ ਜੀ ਠੀਕ ਠਾਕ ਤੇ ਬੱਕਰੀਆਂ ਕਿੰਨੀਆਂ ਲੈ ਕੇ ਆਏ ਅੱਜ ਆ ਰਿਹਾ ਆਪਾਂ ਅੱਜ ਬੱਕਰੀਆਂ ਦਾ ਅੰਦਾਜ਼ਾ ਮੈਨੂੰ 30 ਕੁ ਬੱਕਰੀਆਂ ਲੈ ਕੇ ਆਇਆ ਜੀ ਠੀਕ ਹੈ ਜੀ ਜ਼ਿਆਦਾਤਰ ਕਿੰਨੀਆਂ ਕੁ ਬੱਕਰੀਆਂ ਤੇ ਕੰਮ ਕਰਦੇ ਆਪਾਂ ਅ ਕਟੋਗੜੇ ਜਣੀ ਅੰਦਾਜ਼ਾ ਉਸ ਤਨ 50 ਵੀ ਹੁੰਦੀਆਂ 55 ਤੇ 60 ਵੀ ਹੁੰਦੀਆਂ ਕਿਉਂਕਿ ਹਾਂਜੀ ਹਾਂ ਬੱਚੇ-ਬੱਚੇ ਵਿੱਚ ਪਲ ਜਾਂਦੇ ਹੈਗੇ ਤੇ ਵਿੱਚ ਬੇਗ ਬੁਗ ਜਾਂਦੀਆਂ ਚਲੋ ਜਾਂ ਹੋਰ ਖਰੀਦ ਲੈਣੇ ਆ ਕਣੀ ਹੁੰਦੇ 50 60 ਪਸ਼ੂ ਹੈਗੇ ਇਸ ਟਾਈਮ ਆ ਬੱਕਰੀ ਬਾਰੇ ਕੀ ਕਹਿਣਾ ਆਪਣਾ ਇਹ ਬੱਕਰੀ ਤੀਜੀ ਸੂਸੂੰਦੀ ਹੈ ਜ 38 ਇੰਚ ਹੈ ਹੈਡ ਆ ਜੀ ਬਾਈ ਜੀ ਸਾਈਡ ਤੇ ਕਰੋ ਇਤਨੇ ਆਸੀ ਬੱਕਰੀ ਦਿਖਾ ਰਹੇ ਹਾਂਗੇ ਬਾਈ ਦੇ ਕੋਲ ਸਾਰੀਆਂ ਵੱਡੀਆਂ ਬੱਕਰੀਆਂ ਨੇ 38 ਇੰਚ ਬਾਈ ਜੀ ਹਾਂ ਜੀ ਹਾਂ 38 ਇੰਚ ਹੈ ਹੈਡ ਆ ਬਾਈ ਦੀ ਤੇ ਜਿਹੜੇ ਸੂਣਾ ਨੇ ਫਰੈਸ਼ ਛੱਡ ਦਾਂਦਾ ਕੀ ਜੀ ਇਹ ਬੱਕਰੀ ਸਨੀਆਂ ਲਾਇਆ 1,30,000 ਰੁਪਏ ਜੀ ਪਰ ਆਪਣੀ ਸੇਲ ਨਹੀਂ ਹੈਗੀ ਇਹ ਬੱਕਰੀ ਅੱਛਾ ਹਾਂ ਜੀ ਰਿਕਾਰਡ ਬਹੁਤ ਚੰਗਾ ਹੈ 4 ਕਿਲੋ ਦੁੱਧ ਆ ਦੇ ਥਲੇ ਤਿੰਨ ਬੱਚੇ ਜੰਦੀ ਆ ਹਰ ਵਾਰ ਹਾਂ ਜੀ ਹਾਂ ਪਹਿਲਾਂ ਦੋ ਵਾਰੀ ਦੋ ਬੱਚੇ ਦਿੱਤੇਗੇ ਪਹਿਲੇ ਸੂਏ ਦੋ ਉਦੋਂ ਬਾਅਦ ਤਿੰਨ ਬੱਚੇ ਦਿੱਤੇ ਨੇ ਹੁਣ ਤੀਜੀ ਸੂਏ ਸੂਣਾ ਇਹਨੇ ਲਓ ਭਾਈ ਜੀ ਭਾਈ ਜੀ ਦੀਆਂ ਬੱਕਰੀਆਂ ਦੇਖੋ ਬੜਾ ਨਾਮ ਆ ਬਾਈਦ ਹਾਂ ਇਹ ਨੂੰ ਸੇਲਾ ਵੇਚਣੀ ਨਹੀਂ ਨਹੀਂ ਇਹ ਵੇਚਣੀ ਨਹੀਂ ਹੈਗੀ ਬਾਈ ਨੇ ਪਰ ਤੁਸੀਂ ਦੇਖ ਸਕਦੇ ਹੋਗੇ ਵਾਜਨ ਵੀ ਵਧੀਆ ਹੋਊਗਾ ਨਾ ਹੁਣ ਗੱਬਣਗੇ ਨੇ ਮਹੀਨਿਆਂ ਦੀ ਇਹ ਤਿੰਨ ਮਹੀਨੇ ਗੱਬਣਾ ਜੀ ਤਿੰਨ ਮਹੀਨਿਆਂ ਦੀ ਗੱਬਣਾਗੀ ਬੱਕਰੀ ਦੀ ਬੀਟਲ ਬੱਕਰੀ ਹੈ ਬਾਈ ਕੋਲੇ ਸਾਰੀ ਸੋਹਣੀਆਂ ਬੱਕਰੀਆਂ ਨੇਗੇ ਟਾਪ ਕੁਆਲਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ 1,30,000 ਲੱਗਿਆ ਸੀ ਤੇ ਹਾਂਜੀ ਹਾਂਜੀ ਬਿਨਾ ਮੁੱਲ ਤੋਂ ਲੱਗੇ ਹੀ ਕਾਲੇ ਕੀ ਮਿਲੇ ਪਰ ਆਪਾਂ ਵੇਚਣੀ ਨਹੀਂ ਦੇਗੀ ਠੀਕ ਹੈ ਹਾਂ ਜਿੱਦ ਨੇ ਵੇਚੀ ਪਰ ਉਹਨੂੰ ਹੀ ਦਵਾ ਪਸ ਨਹੀਂ ਲੱਦੀ ਰਣੀ ਵਾਲੇ ਉਹਨੂੰ ਹੀ ਦਵਾ ਜਿੱਦ ਨੇ ਵੇਚੀ ਹੋਰ ਕਿਸੇ ਨੂੰ ਦੇਣੀ ਨਹੀਂ ਹਾਂ ਹੋਰ ਕਿਸੇ ਨੂੰ ਵੇਚਣੀ ਹੈ ਜਿਹਦੇ ਵਿੱਚ ਉਹ ਨਹੀਂ ਦਵਾਂਗੇ ਆਪਾਂ ਠੀਕ ਹੈ ਬਾਈ ਜੀ ਧੰਨਵਾਦ ਕਰਦੇ ਆ ਬਾਈ ਜੀ ਦਾ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਪਿੱਛੇ ਇਕੱਠ ਵੀ ਬਹੁਤ ਸਾਰਾ ਹੋ ਰਿਹਾ ਹੈ ਸੋ ਬਾਈ ਜੀ ਆ ਦੋ ਬੱਕਰੀਆਂ ਉਪਰਾਂ ਕਰਿਓ ਤੇ تر세ম بھائی ਇੱਧਰ ਮਾਰ ਕੈਮਰਾ ਓਏ ਆ ਬੱਕਰੀਆਂ ਵੱਖਤੀ ਪਰਾਂ ਕਰ ਲਓ ਕੱਲੀਆਂ ਕੱਲੀਆਂ ਆਪਾਂ ਦਿਖਾ ਦਈਏ ਕੋਈ ਗੱਲ ਨਹੀਂ ਆਰਾਮ ਨਾਲ ਲੈ ਜਾਓ ਤੁਸੀਂ ਦੋ ਬੱਕਰੀਆਂ ਹੋਰ ਦਿਖਾਉਣੇ ਆ ਬਾਈ ਦੀਆਂ ਡੱਬੀਆਂ ਤੇ ਪੁੱਛਦੇ ਆ ਬਾਈ ਜੀ ਨੂੰ ਇਹਨਾਂ ਬਾਰੇ ਕੀ ਕਹਿਣਾ ਬਾਈ ਜੀ ਇਹ ਜੋੜੀ ਹੈ ਜੀ ਇਹ ਮਾਂਮਾਂਤੀਆਂ ਗਿਆ ਆ ਮਾਂ ਕੀ ਕਿਆ ਧੀ ਹੈਗੀ ਅੱਛਾ ਜੀ ਹਾਂਜੀ ਇਹ ਸੇਜਾਂਦਾ ਕੀ ਇਹਨੇ ਪਹਿਲੀ ਸੂਈ ਸੁਣਾ ਜੇ ਆ ਬੱਕਰੀ ਹੈ ਹਾਂ ਹਾਂਜੀ ਹਾਂ ਆ ਤੀਜੀ ਜੇ ਸੂਈ ਆ ਚੌਥੀ ਵੀਰ ਸੂਈ ਹੁਣ ਬੱਚੇ ਕਿਸ ਤਰ੍ਹਾਂ ਦੇ ਆ ਬੱਚੇ ਬਹੁਤ ਟੌਪ ਲੰਦੇ ਆ ਦੇਖੋ ਜਿਹੜੇ ਸਾਹਮਣੇ ਰਿਜ਼ਲਟ ਆਈ ਦੇਖੋ ਇਹ ਪਹਿਲੇ ਸੂਈ ਦੀ ਪੱਠ ਆ ਆਹ ਦੇਖ ਸਕਦੇ ਹੋ ਬਾਈ ਜੀ ਜਿਹੜੀ ਡਾਕਟਰ ਸਾਹਿਬ ਨੇ ਇੱਧਰ ਪਿੱਛੇ ਬੱਕਰੀ ਫੜੀ ਹੋਈ ਹੈ ਉਹਦੀ ਧੀ ਹੈ ਇਹ ਤੇ ਹੁਣ ਗੱਬਣਾ ਬਾਈ ਜੀ ਹਾਂਜੀ ਹਾਂ ਹੁਣ ਗੱਬਣਾ ਜੀ ਇਹ ਇਹ 3.5 ਮਹੀਨੇ ਗੱਬਣਾ ਇਹ ਪਹਿਲੀ ਵਾਰ ਹੀ ਸੁਣਾ ਜੇ ਇਹਨੇ ਪਹਿਲੀ ਵਾਰ ਹੀ ਸੁਣਾ ਹਾਂਜੀ ਹਾਂਜੀ ਪਹਿਲੀ ਵਾਰ ਹੀ ਸੁਣਾ ਇਹਨੇ ਪਹਿਲੀ ਵਾਰ ਹੀ ਸੁਣਾ ਹਾਈਟ 38 ਇੰਚ ਹਾਈਟ ਜਿਆਦਾ 38 40 ਤੱਕ ਬਾਈ ਕੋਲੇ ਮੈਨੂੰ ਲੱਗਾ ਬੱਕਰੀਆਂ ਨੇ ਸਾਰੀਆਂ ਦਾ ਵੱਡੇ ਕਰਦੀਆਂ ਨੇ ਅੰਦਾਜ਼ਾ ਦੱਸ ਰਿਆਂ ਜਿਹੜੀ ਆਪਾਂ ਫੀਤਾ ਨਹੀਂ ਮਗਾ ਲਿਆ ਅੰਦਾਜ਼ਾ ਦੱਸ ਰਿਆਂ ਤੁਹਾਨੂੰ ਹਾਂਜੀ ਹਾਂ ਆਪਾਂ ਦੇਖ ਰਿਆਂਗੇ 38 ਹੋਣੀ ਹੈ ਇਹ ਠੀਕ ਦੋਨੇ ਸਹੀ ਗੱਲ ਹੈ ਕਿੰਨਾ ਕਰ ਦੋ ਬਾਈ ਜੱਗੇ ਵੱਧ ਨੇ ਹੁੰਦਾ ਕੱਟਦਾ ਮੈਨੂੰ ਵੀ ਲੱਗ ਰਿਹਾ ਬਾਈ ਕੱਟ ਕੇ ਰਹੇਗਾ ਹਾਂ ਵੱਧ ਨੇ ਪਰ ਮੈਂ ਘੱਟ ਦੱਸ ਰਿਆਂਗਾ ਫੀਤਾ ਕਦੇ ਵੀ ਨਹੀਂ ਲਾਇਆ ਨਾ ਮੈਂ ਕਦੇ ਨਹੀਂ ਲਾਇਆ ਜੀ ਫੀਤਾ ਸਹੀ ਗੱਲ ਹੈ ਬਾਈ ਜੀ ਕਹਿੰਦੇ ਫੀਤਾ ਨਹੀਂ ਲਾਇਆ ਦੁੱਧਾ ਕੀ ਰਿਕਾਰਡ ਹੋਗਾ ਇਹਨਾਂ ਦਾ ਆਪਣਾ ਪਹਿਲੇ ਸੁਣਿਆ ਨਹੀਂ ਤਾਂ ਆ ਇਹਦੀ ਮਾਂ ਗਈ ਇਹਦਾ ਰਿਕਾਰਡ ਹੈ ਬ ਇਦੇ ਉੱਪਰ ਬਿਨਾ ਮੋਲ ਦਾ ਆਪਣਾ 1,05,000 ਰੁਪਏ ਲਾ ਰਹੀ ਦਰਸੀ ਲੱਖਿਆ ਵਾਲੇ। ਉਥੇ? ਹਾਂਜੀ, ਆਹਦੇ ਉੱਪਰ ਇਹਦੇ ਉੱਪਰ, ਇਹਦੀ ਮਾਂ ਉੱਪਰ। ਇਹ ਤਾਂ ਨਹੀਂ ਲੱਗੇ ਸਪਤੀ। ਇਹਦਾ ਇਹ ਪਹਿਲੀ ਵੀ ਲੈ ਕੇ ਹੀ ਪਹਿਲੀ ਵਾਰੀ ਆਂਦੀ ਜੀ ਮੇਲੇ ਦੇ। ਇਹ ਪਹਿਲਾਂ ਲੈ ਕੇ ਨਹੀਂ ਆਂਦੀ। ਇਹ ਤਾਂ ਨਹੀਂ ਵੇਚਣੀ। ਨਹੀਂ ਇਹ ਵੀ ਨਹੀਂ ਵੇਚਣੀ, ਦੋਨੇ ਨਹੀਂ ਵੇਚਣੀਆਂ ਇਹ। ਦੋਈ ਨਹੀਂ ਵੇਚਣੀਆਂ। ਸਾਹੀ ਵੀ ਨੂਜ਼ੇ ਲਈ ਆਈ ਆ। ਠੀਕ ਹੈ। ਲਓ ਬਾਈ ਜੀ ਇਹ ਪੰਦਖਾਉਣੇ। ਇਹਨੂੰ ਬਾਈ ਜੀ ਅੱਗੇ ਕਰੋ। ਖਿੱਚੋ, ਖਿੱਚੋ। ਆਹ। ਰਸਤਾ ਖੋਲੋ। ਰਸਤਾ ਖੋਲਦੋ ਬਾਈ ਜੀ। ਰਸਤਾ ਖੋਲਦੋ। ਪਿੱਛੇ ਖੜ੍ਹ ਜਾਓ ਜਿੰ ਇਹਦੇ ਦੰਤ ਤਾਂ ਨਹੀਂ ਕਿਸੇ ਡਾਕਟਰ ਸਾਹਿਬ ਨਹੀਂ ਦੇਖੋ ਦੇਖ ਸਕਦੇ ਹਾਂ ਪ੍ਰੈਸ਼ ਦੰਦ ਨੇਗੇ ਬਿਲਕੁਲ ਧੰਨਵਾਦ ਕਰ ਦਿਆਂਗੇ ਬਾਈ ਜੀ ਲੈ ਜਾਓ ਬਸ ਤੋਹਫੀ ਨੇ ਬਾਈ ਗਾਲੇ ਦੇਖ ਹੀ ਜਾਓ ਤੁਸੀਂ ਛੇਰੀਵਾਲ ਫਾਲਾ ਫੜ ਨੇਰੀਆਂ ਬੰਨੀਆਂ ਪਈਆਂ ਨੇ ਅੱਜ ਆਪਾਂ ਇੱਥੇ ਮੇਲੇ ਤੇ ਫਰੈਸ਼ ਦੰਦ ਹੁਣ 8 ਦੰਦ ਕੀਤੇ ਨੇ ਪਹਿਲੇ ਤੁਸੀਂ ਇਹ ਪੱਠਾ ਕੀ ਇਹ ਅੱਛਾ ਜੀ ਹਾਂ ਜੀ ਹਾਂ ਸਾਢੇ 3/4 ਕਿਲੋ ਦੁੱਧ ਏ ਥੱਲੇ 36 ਇੰਚੇ ਦਾ ਵੀ ਕਰ ਦਊਗਾ ਹਣਾ ਠੀਕ ਹੈ ਜੀ ਇਹ ਕਿੰਨੇ ਮਹੀਨੇ ਦੀ ਗੱਬਣ ਇਹ ਨਹੀਂ ਗੱਬਣ ਹੋਈ ਅਜੇ ਹੁਣ ਕ੍ਰੋਸ ਕਰਾਵਾਂਗੇ ਇਹਨੂੰ ਠੀਕ ਹੈ ਜੀ ਹਾਂਜੀ ਹਾਂ ਹੁਣ ਕ੍ਰੋਸ ਕਰਾਵਾਂਗੇ ਇਹਨੂੰ ਇਹਨੇ ਅੰਦ ਕਾ ਕ੍ਰੋਸ ਕਰਾਈ ਦੀ ਜੀ ਆਪਾਂ ਇਹ ਕਟੋ ਕਟ ਜਾਣੀ ਮੈਂ ਸੇਦਾਂ ਤੇ ਕ੍ਰੋਸ ਕਰਾਉਣਾ ਜਾ ਕੇ ਹਾਂ ਲੋਕਾਂ ਦਾ ਪਤਾ ਜਾਨੀ ਆਪਾਂ ਸੇਦ ਅੰਦ ਦੇ ਕ੍ਰੋਸ ਕਰਾਉਣਾਗੇ ਜਾ ਕੇ ਟੈਂਟ ਭਾ ਵੀ ਜਦੋਂ ਵਧੀਆ ਹਾਈਟ ਕਰਦੇ ਹਾਂ ਹਾਂਜੀ ਹਾਂ ਜਦੋਂ ਨਾਲੇ ਹਾਈਟ ਵਧੀਆ ਕਰਦੇ ਨੇ ਨਾਲੇ ਬੱਚੇ ਗਰੋਥ ਵਧੀਆ ਹੁੰਦੀਆਂ ਜੇ ਬੱਚੇ ਜਾਂਦੀ ਆ ਤੇ ਨਾਲੇ ਅਡਰ ਵਧੀਆ ਬਣਾਉਂਦੀ ਉਹਦੇ ਨਾਲ ਫਿਰ ਇਹ ਠੀਕ ਹੈ ਹਾਂਜੀ ਲਓ ਠੀਕ ਹੈ ਭਾਈ ਜੀ ਆਹ ਦੇਖ ਸਕਦੇ ਹੋਗੇ ਸਾਰੀਆਂ ਬਾਈ ਕੋਲ ਤੋਹਫੀ ਨੇਗੇ ਸ਼ੇਅਰੇ ਆਪ ਗੁੰਨੀਆ ਜੀ ਇਹ ਪੱਠਾ ਹਾਂਜੀ ਹਾਂ ਪੱਠੀ ਆ ਜੇ ਇਹ ਗੱਬਣਾ 2 ਮਹੀਨੇ ਦੀ ਇਹਦਾ ਕੱਦ ਹੋਊਗਾ 40 ਕਿਉਂ ਬਾਈ 30 ਵਾਰ ਸੁਣਾ ਜੀ ਇਹਨੇ 40 ਇੰਚ ਕੱਦੂਗਾ ਆਪਾਂ ਤੁਹਾਨੂੰ ਨਾਪ ਕੇ ਦੱਸ ਦੇਾਂਗੇ ਪਹਿਲੇ ਸੂਏ ਸੁਣਾ ਗੱਬਣ ਕਿੰਨੇ ਮਹੀਨੇ ਦੀ ਹੈਗੀ ਇਹ 3 ਮਹੀਨੇ ਗੱਬਣਾ ਜੀ ਪੱਕਾ ਸ਼ੋਰ ਗੱਬਣਾ ਜੀ ਸ਼ੋਰ ਆ ਗਾਰੰਟੀ ਦੀ ਗੱਬਣਾਗੀ ਠੀਕ ਆ ਸੇਲ ਇਹ ਵੀ ਨਹੀਂ ਹਾਂਜੀ ਸੇਲ ਇਹ ਵੀ ਨਹੀਂਗੀ ਕੋਈ ਗੱਲ ਨਹੀਂ ਜੇ ਕੋਈ ਬੰਦਾ ਮਤਲਬ ਕਿ ਹੋਇਆ ਕੋਈ ਸਕੀਨ ਬੰਦਾ ਜਿਵੇਂ ਆਪਣੇ ਸੌਂਗ ਨਾਲ ਰੱਖੀਆਂ ਕੋਈ ਬੰਦਾ ਸੌਂਕੀਆ ਤਾਂ ਦੇਵੀ ਦਮਾ ਕੋਈ ਗੱਲ ਨਹੀਂ ਠੀਕ ਹੈ ਜਾਦੇ ਸੌਂਕੀਆ ਬੰਦੇ ਜਿਵੇਂ ਸਨੀ ਬਾਈ ਬੁਰੇ ਨੂੰ ਉਮ ਹੀ ਦਿੰਦੇ ਹਾਂਜੀ 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 ਹਾਂ ਵੀ ਸੌਂਕੀ ਬੰਦਾ ਕੋਈ ਗੱਲ ਨਹੀਂ ਦੇਵੀ ਦਮਾ ਕੋਈ ਚੱਕਰ ਇਹ ਤਾਂ ਗੱਲ ਹੈਗੀ ਹੈ ਜਿਹੜਾ ਬਾਈ ਚੰਗੀ ਤਰ੍ਹਾਂ ਸਾਹਮ ਸੰਭਾਲ ਕਰ ਸਕਦਾ ਉਹਨਾਂ ਦੇ ਲੈਣ ਵਾਲੀਆਂ ਬੱਕਰੀਆਂ ਨੇਗੀਆਂ ਜਿਨੇ ਕੱਲ ਇੱਕ ਗੱਲ ਹੋਰ ਬੋਲਦੀ ਏ ਵੀ ਜਿਹੜਾ ਕੰਮ ਨੂੰ ਸ਼ੌਂਕ ਨਾਲ ਕਰਦਾ ਪੈਸੇ ਉਹੀ ਕਮਾ ਸਕਦਾ ਹੈਗਾ ਦੂਸਰਾ ਬੰਦਾ ਜਿਹੜਾ ਪੈਸੇ ਵਾਸਤੇ ਆਉਂਦੇ ਓ ਚੋਂ ਪੈਸੇ ਨਹੀਂ ਕਮਾ ਸਕਦਾ ਹੈਗਾ ਸ਼ੌਂਕ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਸੰਭੂਗਾ ਨਹੀਂ ਜਾਨਵਰਾਂ ਨੂੰ ਹਨਾ ਤੇ ਗ ਤੇ ਜਾਨਵਰਾਂ ਵੀ ਪਿਆਰ ਮੰਗਦੇ ਨੇਗੇ ਤੇ ਡਾਕਟਰ ਸਾਹਿਬ ਪਿਆਰ ਵੜਾ ਕਰਦੇ ਨੇ ਜਾਨਵਰਾਂ ਨੂੰ ਕੀ ਕਹਿਣਾ ਬਾਈ ਜੀ ਇਹਦੇ ਬਾਰੇ ਹਾਂਜੀ ਇੱਕ ਆ ਬਕਰੀ ਹੈ ਆਪਣੇ ਕੋਲੇ ਇਹ ਦੂਜੀ ਸੂਈ ਹੈ ਜੀ 38 ਇੰਚ ਹੈ ਹੈਡ ਇਹਦੀ ਵੀ ਇਹ ਬੱਕੇ ਦੁੱਧਾਰ ਰਿਕਾਰਡ ਬਹੁਤ ਚੰਗਾ ਜੀ ਤੇ ਬੱਚਿਆਂ ਰਿਕਾਰਡ ਦੁੱਧਾਰ ਰਿਕਾਰਡ ਕਿੰਨਾ ਉਹ ਦੁੱਧਾਰ ਰਿਕਾਰਡ 4.5 ਕਿਲੋ ਹੈ ਬਕਰੀ ਥਲੇ ਸੱਜਰੇ ਥਲੇ ਤੇ ਤਿੰਨ ਬੱਚੇ ਨੇ ਬੱਚੇ ਪੂਰੇ ਹੈਲਥੀ ਦਿੰਦੀ ਹੈ ਜੀ ਠੀਕ ਹੈ ਜੀ ਹਾਂਜੀ ਪੂਰੇ ਟੌਪ ਦੇ ਬੱਚੇ ਕੱਢਦੀ ਹੈ ਬਕਰੀ ਇਹ ਤਿੰਨ ਬੱਚੇ ਦਿੰਦੀ ਹੈ ਇਹ ਬਕਰੀ ਹੁਣ ਇੱਕ ਮਹੀਨਾ ਹੀ ਗੱਭਣਾ ਜੀ ਇਹ ਦੇਖ ਸਕਦੇ ਹੋ ਇਹਦਾ ਵੀ ਕੱਦ 39 ਤੇ 40 ਦੇ ਵਿਚਕਾਰ ਅਪਾ ਕਹਿ ਸਕਦੇ ਆਂਗੇ ਸੋ ਤੋਹਫੇ ਨੇ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਸੇਲੇ ਵੀ ਨਹੀਂ ਇਹ ਸੇਲ ਕਰਦਾ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਕਰਦਾ ਐ ਸੇਲ ਲਓ ਸੇਲ ਕਰ ਦਾਂਗੇ ਬਾਈ ਜੀ ਕਹਿੰਦੇ ਜੇ ਕੋਈ ਲੈਣਾ ਚਾਹੁੰਦਾ ਮੁੱਲ ਕਿੰਨਾ ਮੰਗਾਗੇ ਇਹਦਾ ਮੁੱਲ 65000 ਰੁਪਏ ਜੀ 65000 ਰੁਪਿਆ ਸੋ ਜਿਹੜੇ ਬਾਈ ਨੂੰ ਇਹ ਖਰੀਦਣੀਆਂ ਤੁਸੀਂ ਦੱਸ ਸਕਦੇ ਹੋ ਆਪਾਂ ਕਮੈਂਟ ਚ ਨੰਬਰ ਦੇਵਾਂਗੇ ਕਵੈਂਟ ਚ ਮੰਗ ਸਕਦੇ ਹੋ ਤੁਸੀਂ ਉਦਾਂ ਨਹੀਂ ਆਪਾਂ ਇੱਥੇ ਬੋਲ ਸਕਦੇਗੇ ਇਹਦੇ ਬਾਰੇ ਕੀ ਕਹਿਣਾ ਰਾਜ ਸਾਹਿਬ ਦੋ ਦੰਦ ਹਜੇ ਹੁਣ ਕੀਤੇ ਜੀ ਇਹਨੇ ਦੋ ਦਾ ਦਾ ਫੈੜ ਪੱਠ ਹੈ ਇਹ ਜੇ ਲਵਾਉਣੀ ਨਹੀਂ ਆਪਾਂ ਇਹਨੂੰ ਲਵਾਵਾਂਗੇ ਛੇ ਦਾ ਤੇ ਉਹਨੂੰ ਪਹਿਲੇ ਵੀ ਦੱਸਿਆ ਸੀਗਾ ਠੀਕ ਹੈ ਜੀ ਵੀ ਛੇ ਦਾ ਦੇ ਹੋਈ ਨੂੰ ਆਪਾਂ ਕਰਾਸ ਕਰਾਵਾਂਗੇ ਇਹਨੂੰ ਠੀਕ ਉਹਦੋਂ ਬਹੁਤ ਆ ਬਹੁਤ ਲੋਕਾਂ ਨੇ ਅੱਜ ਹੀ ਮੰਗੀ ਆ ਤੇ ਪਿੰਡੀ ਬਹੁਤ ਲੋਕ ਮੰਗਣਾ ਹੁੰਦੇ ਆ ਤੇ ਆਪਾਂ ਜਾਨੀ ਸੇਲ ਨਹੀਂ ਕਰਨੀ ਅਜੇ ਠੀਕ ਇਹਦਾ ਕੋਈ ਬੱਚਾ ਲਵਾਂਗੇ ਇਹਦੇ ਤਰ੍ਹਾਂ ਕੋਈ ਬੱਚੀ ਪਾਲਾਂਗੇ ਦੀ ਕੋਈ ਵਧੀਆ ਪੱਠ ਪਾਲਾਂਗੇ ਤੇ ਉਸ ਤੋਂ ਬਾਅਦ ਫਿਰ ਨੂੰ ਸੇਲ ਕਰਾਂਗੇ ਠੀਕ ਹੈ ਜੀ ਹਾਂਜੀ ਡਾਕਟਰ ਸਾਹਿਬ ਕਿੰਨੇ ਕ ਸਮੇਂ ਤੋਂ ਕੰਮ ਕਰਦੇ ਹੋ ਤੁਸੀਂ ਬੱਕਰੀਆਂ ਦਾ ਆਪਣਾ ਖਾਨਦਾਨੀ ਕੰਮ ਆ ਜੀ ਅੱਛਾ ਜੀ ਹਾਂਜੀ ਪਹਿਲਾਂ ਦਾਦੇ ਪਰਦਾਦੇ ਤੋਂ ਤੇ ਬਸ ਮੈਨੂੰ ਵੀ ਸ਼ੌਂਕ ਲੱਗ ਗਿਆ ਤਾਂ ਤੇ ਕੰਮ ਡਾਕਟਰੀ ਆਪਾਂ ਸੈਟ ਕੇ ਇਧਰ ਹੀ ਆ ਗਏ ਹੁਣ। ਕਮਾਲ ਦੀ ਗੱਲ ਹੈ। ਹਾਂ ਜੀ। ਲਓ ਬਾਈ। ਸੀਰੂ ਚੜ ਗਿਆ ਆਪਾਂ ਇਧਰ ਹੀ ਆ ਗਏ ਬਸ ਇਹਨਾਂ ਨਾਲ। ਅੱਛਾ। ਇਧਰ ਫਿਰ ਤੁਸੀਂ ਆਪ ਹੀ ਸਾਮਸਵਾਲ ਕਰਦੇ ਹੋ। ਹਾਂ ਜੀ ਹਾਂ ਜੀ। ਮੇਰਾ ਭਰਾ ਹੈਗਾ ਤੇ ਨਾਲ ਬੰਦੇ ਮੁੰਡੇ ਪਾਲੀ ਨੇ ਆਪਣੇ ਸਾਰਿਆਂ ਸਹਿਯੋਗ ਵਧੀਆ ਆਪਣੇ ਨਾਲ ਤੇ ਨਾਲ ਮੈਂ ਚਾਰ ਜਣੇ ਆ ਜੀ। ਵਧੀਆ ਪੂਰਾ ਟੌਪ ਗੱਲਬਾਤ। ਟ੍ਰੀਟਮੈਂਟ ਤਾਂ ਫਿਰ ਆਪ ਹੀ ਕਰ ਲੈਂਦੇ। ਹਾਂ ਜੀ ਹਾਂ ਜੀ ਸਾਰਾ ਟ੍ਰੀਟ ਬਣਾ ਆਪ ਹੀ ਕਰਦੇ ਹਾਂ ਜੀ। ਠੀਕ ਹੈ ਜੀ। ਲਓ ਬਾਈ ਜੀ ਧੰਨਵਾਦ ਕਰ ਦਾਂਗੇ। ਬਾਈ ਜੀ ਨੇ ਆਪ ਡਾਕਟਰੀ ਲੈਨ ਛੱਡ ਕੇ ਬਾਈ ਜੀ ਇੱਧਰ ਨੂੰ ਹੋ ਗਏ ਤੇ ਕਿੰਨੇ ਕਿ ਸ਼ੌਂਕ ਨਾਲ ਪਾਲਦੇ ਹੋ ਬਾਈ ਜੀ ਬਾਈ ਪੂਰਾ ਤਨੋਂ ਮਨੋਂ ਜਾਨੀ ਰਾਤ ਦੇ ਵਿੱਚ 11 10 11 ਦਿੱਲੀ ਬਾੜੇ ਦੇ ਵਿੱਚ ਵਜਦੇ ਨੇ ਸੁਬਾ 6 ਵਜੇ ਉੱਠ ਕੇ ਵਜਦੇ ਆ ਰਾਤ ਦੇ 10 11 ਵਜੇ ਤੱਕ ਬਾੜੀ ਜੀ ਰਹਿਨੇ ਆ ਜੀ ਠੀਕ ਹੈ ਜੀ ਹਾਂਜੀ ਹਾਂ ਆ ਮੀਂਹ ਪੈਂਦੇ ਲੋਕੀ ਬੱਚੇ ਸੁੱਤੇ ਪੈਂਦੇ ਨੇ ਜਦੋਂ ਸਾਡੇ ਅਸੀਂ ਗਿੱਟੇਲ ਬੇੜੀ ਬੱਚੇ ਇਹਨੇ ਗੜਨ ਦੇ ਵਿੱਚ ਫਿਰਦੇ ਨੇ ਇਹ ਸ਼ੌਂਕ ਹੀ ਆ ਇਹ ਹੋਰ ਕੀ ਸ਼ੌਂਕ ਆ ਬਸ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਦੇ ਵਿੱਚ ਹੀ ਆਪਾਂ ਜਾਨਵਰ ਆ ਜਿਹੜੇ ਉਹ ਪਾਲ ਸਕਦੇ ਆ ਫਿਰ ਉੱਥੇ ਮੀਂਹ ਕਣੀ ਆ ਜ ਲੋ ਬਾਈ ਜੀ ਦਾ ਆਪਾਂ ਤੁਹਾਨੂੰ ਬੱਕਰਾ ਜਿਹੜਾ ਉਹ ਦਿਖਾਉਨੇ ਆਂਗੇ। ਪੋਛ ਦੇਾਂਗੇ ਬਾਈ ਜੀ ਨੂੰ। ਕੀ ਕਹਿਣਾ ਬੱਕਰੇ ਬਾਰੇ ਜੀ? ਇਹ ਬੱਚਾ ਦੋ ਦਾਂਦਾ ਜੀ ਫਰੈਸ਼ ਦੋ ਦਾਂਦਾ ਹੁਣੇ ਲਾਇਆ ਇਹਨੇ। ਅੱਛਾ। ਹਾਂਜੀ ਘਰ ਦਾ ਬੱਚਾ ਆਪਣਾ। ਅੱਲੇ ਤਿਆਰ ਕਰ ਰਹੇ ਆ। ਹਾਂਜੀ ਹਾਂ ਬ੍ਰੀਡ ਤਿਆਰ ਕਰ ਰਹੇ ਆ ਜੀ ਇਹ। ਠੀਕ ਹੈ ਜੀ। ਹੋਰ ਵੱਡਾ ਬੱਕਰਾ ਨਹੀਂ ਹੈ ਆਪਣੇ ਕੋਲ? ਨਹੀਂ ਵੱਡਾ ਹੈਗਾ ਜੀ ਉਹ ਘਰੇ ਹੈਗਾ। ਉਹ ਘਰ ਹੈਗਾ ਇਹੀ ਵੈਸੇ ਸੌਂਕ ਨੂੰ ਲੈਂਦਾ। ਉਹ ਘਰ ਹੈਗਾ ਹੁਣ ਟਾਈਮ ਆ ਨਾ ਬੱਕਰੀਆਂ ਕਰਾਸ ਕਰਾਉਣ ਦਾ। ਹੁਣ ਬੱਕਰੀਆਂ ਛੱਡੇ ਹੋਇਆ। ਜਿਹੜੀ ਬੱਕਰੀ ਘਰੋਂ ਨਾਲ ਛੱਡੇ ਆ ਜੀ ਉਹ। ਠੀਕ ਹੈ ਜੀ। ਇਹ ਕਿੰਨੀ ਕੁ ਹਾਈਟ ਕਰ ਜੂਗਾ ਫਿਰ ਇਹ ਅੰਦਾਜ਼ਾ ਹੁਣ 38 45 ਇੰਚ ਹਾਈਟ ਦੇ ਦੋ ਦੰਦੇ ਨੇ ਲਾਏ ਆ ਦੇਖੋ ਦੇਖ ਸਕਦੇ ਹੋ ਠੀਕ ਹੈ ਜੀ ਜੇ ਅੰਦਾਜ਼ਾ ਜੇ ਵਧੀਆ ਮਿਹਨਤ ਕਰਾਂਗੇ ਆਪਾਂ ਤੇ ਵਧੀਆ ਨੂੰ ਖੁਰਾਕ ਦਵਾਂਗੇ 45 40 ਇੰਚ ਹਾਈਟ ਕਰ ਜੂਗਾ ਇਹ ਜੇ ਮਤਲਬ ਪੂਰੀ ਪ੍ਰੋਪਰ ਡਾਈਟ ਦਵਾਂਗੇ ਇਹਨੂੰ ਆਪਾਂ ਹਾਂਜੀ ਡਾਕਟਰ ਸਾਹਿਬ ਕਈ ਵਾਰ ਇਹ ਕਹਿੰਦਾਂਦੇ ਨੇ ਤੇ ਹੋਰ ਚੈਨਲਾਂ ਤੇ ਵੀ ਕਹਿੰਦੇ ਰਹਿੰਦੇ ਨੇ ਖੈਰ ਆਪਾਂ ਇਸ ਚੀਜ਼ ਤੋਂ ਦੂਰ ਆਪਾਂ ਨੂੰ ਗੱਪ ਆ ਜਿਹੜੇ ਉਹ ਨਹੀਂ ਮਾਰਨੇ ਹੁੰਦੇ ਕਹਿੰਦਾਂਦੇ ਆ ਕਿ 8000 ਦੀ ਬੀਟਲ ਬੱਕਰੀ ਮਿਲ ਜਾਂਦੀ ਹੈ ਤੁਸੀਂ ਕੀ ਕਹਿੰਦੇ ਮਿਲ ਜੂਗੀ ਛੋਟੇ ਤੋਂ ਮਿਲ ਜੂਗੀ 8 ਵਾਲੀ ਭਾਈ ਜੀ ਦੇਖੋ ਇਹ ਗੱਲ ਹੈਗੀ ਹੈ ਡਿਮਾਂਡ ਤੇ ਪਰ ਜਾਨੀ ਕਿ ਜਿਹੜਾ ਅੱਜ ਦਾ ਦੌਰ ਚੱਲਦਾ ਅਜੇ ਜ਼ੋਰ ਦੇ ਵਿੱਚ ਜੇ ਪ੍ਰੋਪਰ ਬੀਡਲ ਪਿਆਰ ਦੇਖੀ ਆਪਾਂ 8000 ਦਾ ਬੱਚਾ ਵੀ ਨਹੀਂ ਮਿਲ ਰਿਹਾ ਆਪਾਂ ਨੂੰ ਬੱਕਰੀ ਦਾ ਬਹੁਤ ਦੂਰ ਦੀ ਗੱਲ ਆਪਾਂ ਨੂੰ ਬੱਚਾ ਵੀ ਨਹੀਂ ਮਿਲਣਾ ਪਿਆਰ ਤਾਂ ਬੱਕਰੀ ਦਾ ਬਹੁਤ ਦੂਰ ਦੀ ਗੱਲ ਹੈ ਜੀ ਸਹੀ ਗੱਲ ਹੈ ਕੋਈ ਵਿਚਾਰਾ ਵਿੱਚ ਜਾਨੀ ਵਿਚ ਬੰਦੇ ਲੋੜ ਬੰਦ ਹੁੰਦੇ ਆ ਕਿਸੇ ਨੂੰ ਲੋੜ ਆ ਗਰਜਿਆ ਪੈਸੇ ਦੀ ਉਹਦੇ ਕੋਲੋਂ ਬੇਸ਼ੱਕ ਮਿਲ ਜੇ ਜਾਨੀ 8000 ਦੀ ਜਾਨੀ ਮੈਂ ਕਹਿ ਸਕਦਾ ਪ੍ਰੋਪਰ ਜਾਣੀ ਥੋੜੇ-ਬੋੜੇ ਹੋਰ ਪਾ ਕੇ ਮਿਲ ਸਕਦੀ ਹੈਗੀ ਜਿਹਨੂੰ ਲੋਡ ਆ ਗਈ ਅੱਠ ਦੀ ਤਾਂ ਨਹੀਂ ਉਹਨੇ ਵੀ ਨਹੀਂ ਦੇਣੀ ਅੱਠ ਦੀ ਨਹੀਂ ਹਾਂ ਜਾਣੀ ਅੱਠ ਦੀ ਨਹੀਂ ਮਿਲ ਸਕਦੀ ਕਿਉਂਕਿ ਅੱਠ ਦਾ ਅੱਜ ਕੱਲ ਬੱਚਾ ਵੀ ਨਹੀਂ ਆਉਂਦਾ ਜੀ ਸਹੀ ਗੱਲ ਹੈ ਪਿਓਰ ਬੀਟਲ ਲਗਾ ਦੇਖੋ ਦੇਸੀ ਲੈਣ ਦੇਸੀ ਮਿਲ ਜਣਾਂ ਦਾ 25 ਹਜ਼ਾਰ ਦਾ ਬੱਚਾ ਹੀ ਮਿਲ ਜੂ ਬੱਕਰੀ 5000 ਦੀ ਮਿਲ ਜਿੰਦੀ ਹੈ 6000 ਦੀ ਮਿਲ ਜਿੰਦੀ ਆ ਠੀਕ ਹੈ ਉਹ ਜਾਣੀ ਆਪਣੇ ਕੋਲ ਤਾਂ ਅਵੇਲੇਬਲ ਹੈ ਨਹੀਂ ਕੀ ਉਹ ਵੈਸੇ ਗੱਲ ਕਰਦੇ ਆਪਾਂ ਜਾਣੀ ਮਿਲ ਜਾਂਦੀ ਹੈ ਜੀ ਉਹ ਠੀਕ ਹੈ ਹਾਂ ਦੇਸੀ ਮਿਲ ਜਿੰਦੇ ਆ ਪਿਓਰ ਬੀਟਲ ਨਹੀਂ ਮਿਲਦੀਗੀ ਇਹ ਤਾਂ ਗੱਲ ਹੈਗੀ ਆ ਦੇਸੀ ਬੱਕਰੀ ਮਿਲ ਜੂਗੀ ਤੁਹਾਨੂੰ ਪਿਓ ਇੱਕ ਤੀਜੇ ਸੂਈ ਸੂਈ ਜੀ ਤੀਜੇ ਸੂਏ ਬਕਰ ਇੱਕ ਨਾਲ ਲੈਂਥ ਤੇ ਫੇਸ ਕੰਨਾਂ ਦੀ ਲੈਂਥ ਹੋਊਗੀ 18 ਇੰਚ ਦੇ ਕਰੀਬ ਦਾਦਾ ਜੀ ਮੈਂ ਤੁਹਾਨੂੰ ਦੱਸਿਆ ਪਹਿਲੇ ਮੈਂ ਕਰੀ ਨਹੀਂ ਸੀ ਹਾਂਜੀ ਹਾਂ ਤੇ ਨੱਕ ਦੇ ਵਿੱਚ ਸਿੰਗ ਦੇਖੋ ਤੁਹਾਨੂੰ ਇੱਕ ਆਡਰ ਵੀ ਦਿਖਾ ਰਿਹਾ ਇਹਦਾ ਦੁੱਧ ਬੱਚਿਆਂ ਦਾ ਰਿਕਾਰਡ ਇਹ ਬੱਚੇ ਦੋ ਦਿੰਦੀਆਂ ਤੇ ਦੁੱਧ ਹੈਗਾ 3.5 ਕਿਲੋ ਦੁੱਧ ਹੈਗਾ ਇਹ ਥੱਲੇ ਜੀ ਅੱਛਾ ਜੀ ਗਰੰਟਡ ਹਾਂਜੀ ਗਰੰਟੀ ਪੂਰਾ ਮਿਲ ਕੇ ਸੱਜਰ ਥੱਲੇ ਆ ਚਾਹ ਸੱਜਰ ਸੁੰਦੀ ਆ 3.5 ਕਿਲੋ ਦੁੱਧ ਹੈਗਾ ਇਹ ਥੱਲੇ ਇਹ ਵੀ ਵੇਚਣੀ ਹੈ ਹਾਂਜੀ ਇਹ ਵੇਚਦਾ ਕੋਈ ਗੱਲ ਨਹੀਂ ਇਹਦਾ ਕਿੰਨਾ ਮੰਗੀਏ ਇਹਦਾ 70000 ਰੁਪਏ ਮੁੱਲ ਹੈ ਜੀ 70000 ਰੁਪਏ ਮੁੱਲ ਦੰਦ ਇਹ ਦੰਦ ਅਠਾ ਫਰੈਸ਼ ਅਸੀਂ ਤਾਂ ਨਹੀਂ ਗੇ ਨਾ ਫਰੈਸ਼ ਆ ਦੰਦ ਆ ਇਹ ਦੇਖਦੇ ਆਪਾਂ ਲਓ ਇਹਦੀ ਮਾਉਣ ਮੈਂ ਸੇਲ ਕਰਕੇ ਡਾ 50000 ਦੀ ਜੀ ਠੀਕ ਹੈ ਜੀ ਹਾਂ ਜੀ ਉਹ ਮਰਦੀ ਵੀ ਥੋੜੀ ਵੱਡੀ ਹੋ ਗਈ ਦੀ ਉਹ 50000 ਦੀ ਸੇਲ ਕੀਤੀ ਆਪਾਂ ਇਹਦੀ ਮਾ ਠੀਕ ਹੈ ਜੀ ਹਾਂ ਜੀ ਸੋ ਧੰਨਵਾਦ ਕਰਦੇ ਆਂ ਬਾਈ ਜੀ ਤੁਸੀਂ ਨੇ ਸਾਡੇ ਲਈ ਸਮਾਂ ਕੱਢਿਆ ਸੋ ਜਾਨਵਰ ਆ ਜਿਹੜੇ ਤੁਹਾਡੇ ਅਸੀਂ ਦਿਖਾਏ ਨੇਗੇ ਠੀਕ ਹੈ ਬਾਈ ਜੀ ਫਿਰ ਠੀਕ ਹੈ ਬਾਈ ਥੈਂਕ ਯੂ ਜੀ ਮਿਲ ਕੇ ਬਹੁਤ ਵਧੀਆ ਲੱ ਵੀਡੀਓ ਕਿਸ ਤਰ੍ਹਾਂ ਲੱਗੀ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਛਪਾਰ ਦੇ ਮੇਲੇ ਤੋਂ ਤੁਹਾਨੂੰ ਇਹ ਤਸਵੀਰਾਂ ਰਾਹੀਂ ਜਾਨਵਰ ਹੈ ਜਿਹੜੇ ਉਹ ਦਿਖਾ ਰਹਿਆਂਗੇ ਦੇਸ਼ ਵਿਦੇਸ਼ ਦੇ ਪੰਜਾਬੀ ਸਾਡੇ ਭਰਾ ਸਾਨੂੰ ਦੇਖ ਰਹੇ ਨੇਗੇ ਅਦਰ ਸਟੇਟਾਂ ਤੋਂ ਵੀ ਦੇਖ ਰਹੇ ਨੇਗੇ ਕਮੈਂਟ ਜਰੂਰ ਕਰਿਆ ਕਰੋ ਮੇਰਾ ਵੀਰ ਕਿੱਥੋਂ ਦੇਖ ਰਹੋਂਗੇ ਮਿਲਦੇ ਆਂ ਨਵੀਂ ਵੀਡੀਓ ਲੈ ਕੇ ਧੰਨਵਾਦ